ਤੇ ਹੁਣ ਪੰਜਾਬ ਸਰਕਾਰ ਵੱਲੋਂ ਫਰਿਸ਼ਤੇ ਸਕੀਮ ਦੀ ਤਿਆਰੀ ਪੂਰੀ ਕਰ ਲਈ ਗਈ ਹੈ ਸੜਕ ਹਾਦਸੇ ਦੇ ਪੀੜਤਾਂ ਦੀ ਮਦਦ ਕਰਨ ਤੇ ਸਨਮਾਨ ਕੀਤਾ ਜਾਵੇਗਾ ਹਸਪਤਾਲ ਲਜਾਣ ਵਾਲੇ ਨੂੰ 2000 ਰੁਪਏ ਸਨਮਾਨ ਦਿੱਤਾ ਜਾਵੇਗਾ ਅਧਿਕਾਰੀਆਂ ਨੂੰ ਪ੍ਰੋਜੈਕਟਾਂ ਨੂੰ ਜਲਦ ਪੂਰਾ ਕਰਨ ਦੇ ਨਿਰਦੇਸ਼ ਇਥੇ ਦਿੱਤੇ ਗਏ ਹਨ ਲਗਾਤਾਰ ਮਾਨ ਸਰਕਾਰ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਲੰਬੇ ਸਮੇਂ ਤੋਂ ਕਾਰਜ ਰਿ ਸੀ ਕਿ ਉਸ ਨੂੰ ਹੁਣ ਕਿਤੇ ਨਾ ਕਿਤੇ ਹੁਣ ਕਹਿ ਲਈ ਕਿ ਅਮਲੀ ਜਮਾ ਪਹਿਨਾਉਣ ਦੇ ਲਈ ਜਿਹੜੀ ਤਿਆਰੀ ਜਿਹੜੀ ਹੈ ਉਹ ਮੁਕੰਮਲ ਹੁੰਦੀ ਹੋਈ ਨਜ਼ਰਦਾਰੀ ਹੈ ਪੰਜਾਬ ਸਰਕਾਰ ਦੇ ਜਿਹੜੇ ਸਿਹਤ ਮੰਤਰੀ ਨੇ ਬਲਬੀਰ ਸਿੰਘ ਡਾਕਟਰ ਬਲਬੀਰ ਸਿੰਘ ਉਹਦਾ ਸਿੱਧੇ ਤੌਰ ਤੇ ਕਹਿਣਾ ਕਿ ਇਹ ਸਕੀਮ ਜਿਹੜੀ ਹੈ ਉਹਦਾ ਲੋਕਾਂ ਲਈ ਲਾਭਵੰਦ ਹੈ ਅਕਸਰ ਕਈ ਵਾਰੀ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਸੜਕ ਹਾਦਸਾ ਹੁੰਦਾ ਤਾਂ ਲੋਕ ਜਿਹੜੇ ਨੇ ਉਹ ਮਦਦ ਕਰਨ ਲਈ ਸਾਹਮਣੇ ਤਾਂ ਆਉਂਦੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਕਿ ਡਰ ਜਿਹੜਾ ਜ਼ਰੂਰ ਬੈਠਿਆ ਹੁੰਦਾ ਉੱਤੇ ਪਹਿਲੀ ਕਾਰਵਾਈ ਹੋ ਜਾਏਗੀ ਸੋ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਫਰਿਸ਼ਤੇ ਸਕੀਮ ਦਾ ਜਿਹੜਾ ਇੱਕ ਫਾਇਦਾ ਉਸ ਇਨਸਾਨ ਨੂੰ ਮਿਲ ਸਕਦਾ ਜੋ ਕਿ ਹਾਦਸੇ ਦਾ ਪੀੜਤ ਹੁੰਦਾ ਹੋਇਆ ਨਜ਼ਰ ਆਦਾ ਉੱਥੇ ਦੂਜੇ ਪਾਸੇ ਸੁਪਰੀਮ ਕੋਰਟ ਦੀਆਂ ਵੀ ਕਿਤੇ ਨਾ ਕਿਤੇ ਗਾਈਡਲਾਈਨਸ ਜ਼ਰੂਰ ਹੈਗੀਆਂ ਨੇ ਕਿ ਜੇਕਰ ਕੋਈ ਇਨਸਾਨ ਕਿਸੇ ਪੀੜਤ ਦੀ ਮਦਦ ਕਰਦਾ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਨਾ ਪੁਲਿਸ ਉਸ ਤੋਂ ਪੁੱਛਤਾਛ ਉਸ ਸਮੇਂ ਤੱਕ ਨਹੀਂ ਕਰ ਸਕਦੀ ਜਦ ਤੱਕ ਉਹ ਜਿਹੜਾ ਜਿਹੜਾ ਪੀੜਤ ਨੂੰ ਲੈ ਕੇ ਜਾ ਰਿਹਾ ਜਿਹੜਾ ਮਦਦਗਾਰ ਹੈ ਉਹ ਕਿਤੇ ਨਾ ਕਿਤੇ ਜਿਹੜਾ ਚਸ਼ਮਦੀਦ ਨਾ ਬਣਨ ਦੀ ਕੋਸ਼ਿਸ਼ ਕਰੇ ਸੋ ਉਸੇ ਦੇ ਮੱਦੇ ਨਜ਼ਰ ਕਿਤੇ ਨਾ ਕਿਤੇ ਜਿਹੜਾ ਹੈ ਇਸ ਸਕੀਮ ਨੂੰ ਜਿਹੜਾ ਹੈ ਉਹ ਲਾਗੂ ਕੀਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਕਰ ਕੋਈ ਮਦਦ ਕਰਦਾ ਤਾਂ ਉਸ ਨੂੰ 2000 ਦੀ ਜਿਹੜੀ ਇੱਕ ਸਨਮਾਨ ਰਾਸ਼ੀ ਜਿਹੜੀ ਹੈ ਦਿੱਤੀ ਜਾਏਗੀ ਹਾਲਾਂਕਿ ਇਸ ਦਾ ਕਿਸੇ ਕਿਸੇ ਵੀ ਤੌਰ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ 2000 ਦੀ ਰਾਸ਼ੀ ਦੇਣਾ ਇੱਕ ਮਕਸਦ ਹੈ ਰਸਤਾ ਮਕਸਦ ਕਿਤੇ ਨਾ ਕਿਤੇ ਇਹ ਹੈ ਕਿ ਆਮ ਲੋਕਾਂ ਨੂੰ ਖੱਲਾਸ਼ੇਰੀ ਦਿੱਤੀ ਜਾਵੇ ਤਾਂ ਜੋ ਜਿਕਰ ਕੋਈ ਸੜਕ ਹਾਦਸਾ ਹੁੰਦਾ ਹੈ ਤਾਂ ਉਸ ਵਕਤ ਕੋਈ ਵੀ ਇਨਸਾਨ ਜਿਹੜਾ ਜਿਹੜਾ ਵੀ ਉਸ ਹਾਦਸੇ ਤੋਂ ਪੀੜਿਤ ਹੈਗਾ ਉਸ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਉਹ ਇਲਾਜ ਤੋਂ ਵਾਂਝਾ ਨਾ ਰਹਿ ਜਾਵੇ ਕਿਉਂਕਿ ਜਿਕਰ ਗੱਲ ਕੀਤੀ ਜਾਵੇ ਤਾਂ ਜਦੋਂ ਵੀ ਕੋਈ ਸੜਕ ਹਾਦਸਾ ਹੁੰਦਾ ਕੁਲਵਿੰਦਰ ਤਾਂ ਉਸ ਵਕਤ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਪਹਿਲੇ 48 ਘੰਟੇ ਹੁੰਦੇ ਨੇ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਪਹਿਲੇ 48 ਘੰਟੇ ਜਿਹੜੇ ਨੇ ਕਾਫੀ ਕ੍ਰੂਸ਼ੀਅਲ ਮੰਨੇ ਜਾਂਦੇ ਨੇ ਕਿਉਂਕਿ ਉਹਨਾਂ 48 ਘੰਟਿਆਂ ਦੇ ਵਿੱਚ ਹੀ ਜਿਹੜਾ ਕਿਤੇ ਨਾ ਕਿਤੇ ਜੇਕਰ ਫਰਸਟ ਰੇਟ ਕਿਸੇ ਨੂੰ ਮਿਲ ਜਾਂਦੀ ਹੈ ਤਾਂ ਬਚਣ ਦੀ ਉਮੀਦ ਜਿਹੜੀ ਹੈ ਉਹ ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਉਹ ਖਾਸ ਕਰਕੇ ਜਿਹੜੇ ਸੀਰੀਅਸ ਹਾਦਸੇ ਹੁੰਦੇ ਨੇ ਉਹਨਾਂ ਦੇ ਵਿੱਚ ਜੇਕਰ ਪਹਿਲੇ 48 ਘੰਟੇ ਦੇ ਵਿੱਚ ਟ੍ਰੀਟਮੈਂਟ ਮਿਲਣਾ ਸ਼ੁਰੂ ਹੋ ਜਾਵੇ ਤਾਂ ਉਸ ਦੇ ਵਿੱਚ ਬਚਣ ਦੀ ਜਿਹੜੀ ਹੈ ਉਮੀਦ ਜਿਹੜੀ ਉਹ ਜ਼ਿਆਦਾ ਬਣ ਜਾਂਦੀ ਸੋ ਉਸ ਨੂੰ ਵੀ ਕਿਤੇ ਨਾ ਕਿਤੇ ਇੱਕ ਮੱਦੇ ਨਜ਼ਰ ਰੱਖਿਆ ਜਾ ਰਿਹਾ ਹੈ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਤਾਂ ਜੇਕਰ ਆਮ ਅਕ ਇਨਸਾਨੀਅਤ ਦੇ ਨਾਤੇ ਵੀ ਨਾਲ ਨਾਲ ਕਿਤਨੇ ਕਿਤੇ ਜਿਹੜੇ ਲੋਕ ਪੀੜਤ ਹੁੰਦੇ ਨੇ ਹਾਦਸਿਆਂ ਤੋਂ ਉਹਨਾਂ ਨੂੰ ਮਦਦ ਜਿਹੜੀ ਹੈ ਉਹ ਪਹਿਲ ਦੇ ਆਧਾਰ ਦੇ ਉੱਤੇ ਮਿਲਦੀ ਹੋਈ ਨਜ਼ਰ ਆਉਂਦੀ ਹੈ